ਅਸੀਂ ਸ਼ਹਿਰ ਆਏ ਹੋਏ ਸੀ ਤੇ ਅਚਾਨਕ ਸਾਡੇ ਨਾਲ ਹਾਦਸਾ ਬਣ ਗਿਆ। ਅਸੀਂ ਸ਼ਹਿਰ ਆਏ ਜਦੋਂ ਸਾਡੇ ਵਿਆਹ ਨੂੰ 7 ਮਹੀਨੇ ਹੋਏ ਨੇ ਹਲੇ ਤਕਰੀਬਨ, ਤੇ ਦਵਾਈ ਲੈਣ ਆਏ ਸੀ ਅਸੀਂ ਸ਼ਹਿਰ। ਮੰਮੀ ਮੇਰੇ ਸੀ ਨਾਲ, ਡੈਡੀ ਸੀਗੇ ਤੇ ਮੇਰਾ ਹਸਬੈਂਡ ਸੀ ਤੇ ਮੈਂ ਸੀ। ਅਸੀਂ ਪਹਿਲਾਂ ਦਵਾਈ ਲਈ, ਦਵਾਈ ਲੈ ਕੇ ਤੇ ਅਸੀਂ ਘਰੇ ਚਲੇ ਗਏ। ਮੇਰੀ ਦੀਦੀ ਦੇ ਘਰ ਬੈਠੇ ਉੱਥੇ ਅਸੀਂ ਸਾਰੇ ਜਾਣੇ, ਤੇ ਮੰਮੀ ਤੇ ਡੈਡੀ ਸੀ ਜਿਹੜਾ ਉਹਨਾਂ ਨੂੰ ਉੱਥੇ ਛੱਡਿਆ, ਤੇ ਅਸੀਂ ਦੋਵੇਂ ਹਸਬੈਂਡ ਵਾਈਫ ਅਸੀਂ ਸ਼ੁੱਧਾ ਕੇਂਦਰ ਚਲੇ ਗਏ ਆਧਾਰ ਕਾਰਡ ਸਹੀ ਕਰਵਾਉਣ ਲਈ। ਜਦੋਂ ਆਧਾਰ ਕਾਰਡ ਸਹੀ ਕਰਵਾਇਆ, ਉੱਥੇ ਆਧਾਰ ਕਾਰਡ ਸਹੀ ਕਰਵਾਉਣਾ ਸੀ ਤੇ ਉੱਥੇ ਆਧਾਰ ਕਾਰਡ ਅਸੀਂ ਜਦੋਂ ਦੇਖਿਆ ਵੀ ਉੱਥੇ ਭੀੜ ਬੜੀ, ਅਸੀਂ ਟਾਈਮ ਨਾਲ ਜਾਣਾ ਸੀ ਘਰੇ, ਤੇ ਫਿਰ ਅਸੀਂ ਵਾਪਸ ਮੁੜ ਪਏ ਉੱਥੋਂ ਨਾਲ ਦੀ ਨਾਲ। ਉੱਥੋਂ ਵਾਪਸ ਆ ਕੇ ਤੇ ਫਿਰ ਉਹਨੇ ਆਣ ਕੇ ਮੇਰੇ ਨਾਲ ਚਾਵਲ ਖਾਧੇ ਨੇ, ਰੋਟੀ ਖਾਧੀ ਅਸੀਂ ਦੋਵਾਂ ਨੇ। ਰੋਟੀ ਖਾ ਕੇ ਤੇ ਬਾਅਦ 'ਚ ਮੈਨੂੰ ਕਹਿੰਦਾ ਮੈਂ ਤਾਂ ਵਾਪਸ ਜਾਣਾ, ਉਹ ਕੰਮ 'ਤੇ ਲੱਗੇ ਵਿੱਚ ਸੀ ਫਾਰਮ ਹਾਊਸ, ਉੱਥੇ ਕਹਿੰਦੇ ਮੈਂ ਵਾਪਸ ਜਾਣਾ ਜ਼ਰੂਰੀ ਆ ਮੇਰਾ। ਤੇ ਬਾਅਦ 'ਚ ਮੈਂ ਕਿਹਾ ਵੀ ਚੱਲਦੇ ਹਾਂ ਕੋਈ ਨਾ। ਫਿਰ ਬਾਅਦ 'ਚ ਕਹਿੰਦੇ ਕਿ ਮੇਰੇ ਕੋਲ ਪੈਸੇ ਹੈਗੇ ਨੇ ਤੇ ਮੈਂ ਟੀਵੀ ਪੁੱਛ ਕੇ ਆਉਣਾ, ਤੇ ਟੀਵੀ ਪੁੱਛਣ ਗਏ ਸੀ ਤੇ ਟੀਵੀ ਪੁੱਛ ਕੇ ਆਏ ਉਹਨਾਂ ਨੂੰ, ਤੇ ਉੱਥੇ ਮੇਰੀ ਗੱਲ ਕਰਵਾਈ। ਉਸ ਤੋਂ ਬਾਅਦ ਕਿੰਨੇ ਕੁ ਵਜੇ ਗੱਲ ਹੋਈ? ਮੇਰੀ 3 ਵਜੇ ਦੀ ਗੱਲ ਹੋਈ ਹੁੰਦੀ, 3 ਵਜੇ ਉਹਨਾਂ ਨਾਲ ਗੱਲ ਹੋਈ। ਤੇ ਬਾਅਦ 'ਚ ਉਹਨਾਂ ਨੇ ਉੱਥੇ ਜਾ ਕੇ ਮੈਂ ਉਹਨਾਂ ਨੂੰ ਫੋਨ ਲਾਇਆ ਜਦੋਂ ਉੱਥੇ ਪਹੁੰਚੇ, ਤੇ ਉਹਨਾਂ ਨਾਲ ਗੱਲ ਕੀਤੀ ਵੀ ਉਹ ਕਹਿੰਦਾ ਵੀ ਆਵੇ ਮੈਂ ਟੀਵੀਆਂ ਵਾਲੀ ਦੁਕਾਨ 'ਤੇ ਆ, ਵੀ ਜਿਹਦੇ ਟੀਵੀ ਲੈਣਾ ਉਹ ਰੋਟੀ ਖਾਂਦਾ ਪਿਆ, ਤੇ ਉਹਨਾਂ ਨਾਲ ਮੇਰੀ ਥੋੜ੍ਹੀ ਜਿਹੀ ਗੱਲ ਕਰਵਾਈ। ਤੇ ਬਾਅਦ 'ਚ ਮੈਂ ਉਹਦੇ ਨਾਲ ਗੱਲ ਕੀਤੀ ਤੇ ਮੈਨੂੰ ਕਹਿੰਦਾ ਵੀ, ਮੈਂ ਕਿਹਾ ਮੈਂ ਚੁੰਨੀ ਲੈਣੀ ਹੈ, ਤੇ ਕਹਿੰਦਾ ਮੈਂ ਆਉਣਾ ਪਿਆ, ਬਸ ਆ ਗਿਆ ਥੋੜ੍ਹੇ ਟਾਈਮ ਨੂੰ। ਤੇ ਉਸ ਤੋਂ ਬਾਅਦ ਅਸੀਂ ਉੱਥੇ ਦੁਕਾਨ 'ਤੇ ਗਏ ਚੁੰਨੀ ਵਾਲੀ, ਤੇ ਉੱਥੇ ਦੇਖਿਆ ਟੀਵੀ ਵਾਲੀ ਦੁਕਾਨ, ਤੇ ਉੱਥੇ ਵੀ ਨਹੀਂ ਸੀ। ਉਸ ਤੋਂ ਬਾਅਦ ਅਸੀਂ ਬਹੁਤ ਫੋਨ ਲਾਉਣ ਦੀ ਕੋਸ਼ਿਸ਼ ਕੀਤੀ, ਫੋਨ ਵੀ ਨਹੀਂ ਚੱਲਿਆ। ਫਿਰ ਸਾਨੂੰ ਲੱਗਾ ਵੀ ਫਾਰਮ ਹਾਊਸ ਸ਼ਾਇਦ ਕੰਮ 'ਤੇ ਚਲਾ ਗਿਆ ਹੋਣਾ, ਕਹਿੰਦਾ ਸੀ ਵੀ ਮੈਨੂੰ ਜ਼ਰੂਰੀ ਹੈ। ਤੇ ਉੱਥੇ ਜਾ ਕੇ ਫਾਰਮ ਹਾਊਸ 'ਤੇ ਜਦੋਂ ਦੇਖਿਆ ਵੀ ਨਹੀਂ ਹੈਗਾ, ਫਿਰ ਅਸੀਂ ਬੱਸ ਦੀ ਆਖਰੀ ਬੱਸ ਤੱਕ ਉਡੀਕ ਕਰਦੇ ਰਹੇ ਹੁੰਦੀ, ਕੋਈ ਪਤਾ ਨਹੀਂ ਲੱਗਾ। ਫਿਰ ਸਵੇਰੇ ਜਦੋਂ ਅਸੀਂ ਗੌਰ ਕੀਤੀ, ਸਵੇਰੇ ਅਸੀਂ ਜਾਂਚ ਪੜਤਾਲ ਕੀਤੀ, ਸਾਰੇ ਟੀ ਵੀ ਵਾਲਿਆਂ ਨੂੰ ਪੁੱਛਿਆ, ਕੈਮਰੇ ਚੈੱਕ ਕਰਵਾਏ। ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਕਰਵਾਈ। ਰਿਪੋਰਟ ਕਰਵਾ ਕੇ ਫਿਰ ਉੱਥੇ ਸਾਨੂੰ ਪੁਲਿਸ ਨੇ ਦੱਸਿਆ ਵੀ ਉਹਨਾਂ ਦੀ ਡੈੱਡ ਬੋਡੀ ਮਿਲੀ ਹੈ ਸਾਨੂੰ। ਕਿੱਥੇ ਪਈ? ਹਾਂਜੀ ਸਿਮਰਨ। ਸਿਮਰਨ ਕੀ ਭਰਾ ਸੀ ਤੁਹਾਡਾ? ਹਾਂਜੀ। ਤੁਹਾਡੇ ਤੋਂ ਵੱਡਾ ਸੀ ਜਾਂ ਛੋਟਾ ਸੀ? ਹਾਂਜੀ ਛੋਟਾ ਸੀ। ਇੱਕ ਹੀ ਭਰਾ ਸੀਗਾ? ਹਾਂਜੀ। ਤੇ ਕਿਸ ਤਰ੍ਹਾਂ ਹੁਣ ਮੌਤ ਹੋਈ ਹੈ, ਕੀ ਕਾਰਨ ਹੈ? ਹਾਂਜੀ ਕੋਈ ਕੀ ਕਾਰਨ ਹੋ ਗਿਆ? ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਸੀ। ਸਾਡੇ ਭਰਾ ਮਾਰਿਆ ਗਿਆ ਜੀ? ਹਾਂਜੀ ਸਾਡੇ ਭਰਾ ਨੂੰ ਬਹੁਤ ਰਾਮੀ ਨਾਲ ਮਾਰਿਆ ਗਿਆ ਹੈ। ਸਾਨੂੰ ਇਨਸਾਫ ਦਿਓ ਸਰਕਾਰ, ਪਲੀਜ਼ ਸਾਡੀ ਮਦਦ ਕਰੋ। ਸਾਨੂੰ ਕਿਤੋਂ ਕੁਛ ਵੀ ਨਹੀਂ ਚੰਗਾ ਲੱਗਦਾ। ਅਸੀਂ 3 ਭੈਣਾਂ ਸੀ, ਸਾਡਾ 1 ਭਰਾ ਸੀ, ਉਹ ਸਾਡੇ ਤੋਂ ਖੋਹ ਲਿੱਤਾ ਗਿਆ। ਅਸੀਂ ਕਿੱਥੇ ਜਾਈਏ? ਹਾਂਜੀ 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 ਲਵ ਮੈਰਿਜ ਕਰਾਈ ਸੀ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਛੱਡਣਾ ਨਹੀਂ। ਹੋਰ ਕੀ ਮੰਗ ਹੈ ਤੁਹਾਡੀ? ਸਾਡੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਸਾਡੇ ਮੁੰਡੇ ਦੇ ਨਾਲ ਜੋ ਵੀ ਕਤਲ ਹੋਇਆ ਹੁੰਦਾ, ਕਿ ਜਿਵੇਂ ਉਹਨੂੰ ਮਾਰਿਆ ਗਿਆ ਹੁੰਦਾ, ਉਹਦਾ ਇਨਸਾਫ ਦਿਵਾਓ। ਅਸੀਂ ਸਾਡਾ ਇੱਕੋ ਹੀ ਭਰਾ ਸੀ, ਸਾਡੇ ਕੋਲ ਖੋਇਆ ਗਿਆ। ਡੈਡ ਬੋਡੀ ਸਰ ਆਈ ਤੁਹਾਡੇ ਕੋਲ ਕਿਸ ਤਰ੍ਹਾਂ ਦੀ, ਕੀ ਪਰਿਵਾਰਕ ਨੇ? ਸਾਡੇ ਕੋਲ ਇੱਕ ਬੋਡੀ ਆਈ ਸੀਗੀ, ਪੁਲਿਸ ਵਾਲੇ ਲੈ ਕੇ ਆਏ ਨੇ। ਉਹਦੇ ਘਰ ਦੇ ਕਹਿ ਰਹੇ ਨੇ ਕਿ ਉਹਦਾ ਕਤਲ ਹੋਇਆ ਗਿਆ, ਤੇ ਇਸ ਕਰਕੇ ਕਤਲ ਵਾਲੇ ਕੇਸ ਫਰੀਦਕੋਟ ਹੁੰਦੇ ਨੇ। ਅਸੀਂ ਉਹਨਾਂ ਦੀ ਬੋਡੀ ਫਰੀਦਕੋਟ ਰੈਫਰ ਕਰ ਰਹੇ ਨੇ। ਕੀ ਨਿਸ਼ਾਨ ਪਾਏ ਗਏ ਨੇ? ਥੋੜੇ ਬਹੁਤ ਮੂੰਹ ਤੇ ਨਿਸ਼ਾਨ ਹੈਗੇ ਨੇ, ਬਟ ਉਹ ਸਭ ਬਾਕੀ ਸਾਰਾ ਸਭ ਕੁਝ ਫੋਰੈਂਸਿਕ ਵਾਲੇ ਐਕਸਪਰਟ ਜਿਹੜੇ ਹੁੰਦੇ ਨੇ ਫਰੀਦਕੋਟ 'ਚ ਉਹ ਤੁਹਾਨੂੰ ਦੱਸ ਦੇਣਗੇ। ਕੀ ਨਾਮ ਹੈ, ਕਿੰਨੀ ਉਮਰ ਸੀ? ਸੰਨੀ ਨਾਂ ਹੈ, ਉਮਰ ਦਾ ਹਲੇ ਪਤਾ ਨਹੀਂ, ਉਹ ਪੁਲਿਸ ਪੇਪਰ 'ਚ ਲਿਖਿਆ ਉਹਨੇ 22 ਸਾਲ ਉਮਰ ਹੈ। ਹਾਂਜੀ ਫਰੀਦਕੋਟ ਰੈਫਰ ਕਰਤਾ ਸੀ, 3 ਬੋਰਡਰ ਡਾਕਟਰਸ ਨੇ ਮਿਲ ਕੇ ਉਹਨੂੰ ਫਰੀਦਕੋਟ ਰੈਫਰ ਕਰਤਾ ਜੀ। ਡਾਕਟਰ ਸ਼ਿਵਮ ਸਿੰਘਲਾ ਜੀ। ਸਰ ਇੱਕ ਨੌਜਵਾਨ ਦੀ ਮਿਲੀ ਸੀ ਲਾਸ਼, ਕੀ ਮਾਮਲਾ? ਇੱਕ ਨੌਜਵਾਨ ਸੰਨੀ ਪੁੱਤਰ ਸੁੱਖਾ ਸਿੰਘ ਵਾਸੀ ਬੰਬਾ ਜੀ, ਜਦੋਂ ਸਾਨੂੰ ਲਾਸ਼ ਮਿਲੀ ਸੀਗੀ ਉਹ ਲਵਾਰਸ ਹਾਲ 'ਚ ਮਿਲੀ ਸੀਗੀ, ਜਿਹੜੀ ਅਸੀਂ ਕਾਫੀ ਦੇਰ ਭਾਲ ਕਰਨ ਤੋਂ ਬਾਅਦ ਸਾਰੇ ਪਿੰਡਾਂ ਦੇ ਵਿੱਚ ਆਵਾਜ਼ਾਂ ਦਵਾਈਆਂ। ਉਸ ਤੋਂ ਬਾਅਦ ਉਹਦੀ ਸ਼ਨਾਖਤ ਹੋਈ ਵੀ ਇਹ ਜਿਹੜਾ ਸੰਨੀ ਪੁੱਤਰ ਸੁੱਖਾ ਸਿੰਘ ਭੰਬਾ ਜੀ ਦਾ ਰਹਿਣ ਵਾਲਾ ਹੈ, ਜੋ ਕਿ 15 ਤਰੀਕ ਨੂੰ ਆਪਣੇ ਪਿਤਾ, ਆਪਣੀ ਮਾਤਾ ਦੇ ਵਾਈਫ ਦੇ ਨਾਲ ਫਰੀਦਕੋਟ ਸਿਟੀ ਜੀਰਾ ਗੇਟ ਆਇਆ ਸੀਗਾ, ਜਿੱਥੇ ਉਹਦੀ 2 ਭੈਣਾਂ ਵਿਆਹੀਆਂ। ਇੱਕ ਭੈਣ ਦੇ ਘਰੇ ਵੀ ਗਿਆ ਤੇ 3:21 ਤੇ 53 ਸਕਿੰਟ ਤੇ ਉਹਦਾ ਫੋਨ ਬੰਦ ਹੋ ਗਿਆ। ਉਸ ਤੋਂ ਬਾਅਦ ਕੀ ਘਟਨਾ ਵਾਪਰੀ, ਉਹਦੀ ਸਵੇਰ ਸਾਨੂੰ ਲਾਸ਼ ਹੀ ਮਿਲੀ 10 ਵਜੇ ਅਗਲੇ ਦਿਨ 16 ਤਰੀਕ। ਲਵਾਰਸ ਸੀ। ਹਾਂ ਅਸੀਂ ਉਹਦੀ ਤਫਤੀਸ਼ ਕਰ ਰਹੇ ਹਾਂ, तो पूरी उम्मीद है कि असी अज ही दोषी नूं जो कातल है उन्होंने गिरफ्तार करांगे। कतल किया गया वैसे असी उनका जोड़ा बॉडी एग्जामिन करने तो बाद उनके शरीर पर कोई सट वगैरह नहीं पाई गई सी, लेकिन पोस्टमार्टम रिपोर्ट दे विच क्लीयर हो जाएगा भी उनका डैथ ऑफ काज की है, उन्होंने मारन का की कारण है, किस कारण करके उनकी मौत हुई है। विसरा भी कढ़वाया गया जितों सानू क्लीयर हो जाएगा भी इनका इनकी मौत किस तरीके नाल हुई है। Subscribe to our YouTube channel News DNN by clicking the bell icon. Don't forget to like, comment and share.